वाहिगुरु जी का खालसा वाहिगुरु जी की फतेह। कल राघव चड्ढा जी ने बयान दिता हैगा कि आम आदमी पार्टी की वोट शेयर 37% तो 35% आई है, तो इस करके उन्हां दा पार्टी का कोई ग्राह नहीं आया हैगा लोगों के मन च। पर मैं चड्ढा साहब नूं बेनती करदा हां कि जिथे पहला 77% वोटिंग हुई सी, ऐतकी 45% वोटां इस संगरूर हल्के च पईआं, जिहड़ा कि 31 सालां चो पहला ये इन्ना घट पिया सीगा। ਇਹ ਜਿਹੜਾ ਗ੍ਰਾਹ ਆਇਆ ਹੈਗਾ ਵੋਟ ਕਾਊਂਟ 'ਚ, ਇਹ ਕਿਉਂ ਆਇਆ ਚੱਡਾ ਸਾਹਿਬ, ਇਹਦੇ ਬਾਰੇ ਆਪਾਂ ਗੱਲ ਕਰੀਏ। ਆਪ ਜੀ ਦੀ ਪਾਰਟੀ ਨੇ ਲਗਾਤਾਰ ਪੰਜਾਬ ਦੇ ਹੱਕਾਂ ਦੇ ਉੱਤੇ ਮਾਠ ਕੇ ਦਿੱਲੀ ਦੇ ਬੰਦੇ ਬਿਠਾਏ ਆ, ਦਿੱਲੀ ਤੋਂ ਲਿਆ ਕੇ ਆਪ ਜੀ ਨੇ MP ਬਣਾਏ ਆ ਰਾਜ ਸਭਾ ਦੇ। ਤੁਸੀਂ ਪੰਜਾਬ ਦੇ ਪੱਖ ਦੀਆਂ ਗੱਲਾਂ ਕਰਨ ਦੀ ਥਾਂ ਸਾਡੇ ਸਾਧਨ ਵਰਤ ਕੇ ਪੰਜਾਬ ਸਟੇਟ ਦੇ ਐਡਵਰਟਾਈਜ਼ਮੈਂਟ ਤੁਸੀਂ ਸਾਰੇ ਹੋਰ ਪੇਪਰਸ 'ਚ ਦੇ ਕੇ ਆਪਣੇ ਅਗਲੇ ਇਲੈਕਸ਼ਨਾਂ ਦੀਆਂ ਤਿਆਰੀਆਂ ਪੰਜਾਬ ਦੇ ਖਜ਼ਾਨੇ ਤੋਂ ਕਰ ਰਹੀਆਂ, ਜਿਸ ਨਾਲ ਪੰਜਾਬ ਦੇ ਵਾਸੀਆਂ ਨੇ ਆਪ ਜੀ ਦੇ ਨਾਲ ਇਹ ਨਫ਼ਰਤ ਪੈਦਾ ਹੋਣ ਸ਼ੁਰੂ ਹੋ ਗਈ ਹੈਗੀ ਹੈ। ਆਪ ਜੀ ਦੇ ਨੁਮਾਇੰਦੇ ਜਾ ਕੇ ਹਰਿਆਣਾ ਦੀ ਚੋਣ 'ਚ ਕਹਿ ਰਹੇ ਹਨ ਕਿ ਹੁਣ ਸਾਡੀ ਸਰਕਾਰ ਪੰਜਾਬ 'ਚ ਹੈ ਤੇ ਅਸੀਂ ਹਰਿਆਣੇ ਦੇ ਖੇਤ ਸੁੱਕਣ ਨਹੀਂ ਦੇਵਾਂਗੇ। ਕਹਿਣ ਦਾ ਭਾਵ ਕਿ ਤੁਸੀਂ ਪੰਜਾਬ ਦੇ ਪਾਣੀਆਂ ਦੇ ਉੱਤੇ ਅੱਖ ਰੱਖੀ ਹੋਈ ਹੈ, ਜਿਸ ਕਰਕੇ ਸੰਗਰੂਰ ਦੇ ਵਿੱਚ ਘਬਰਾਹਟ ਆਈ ਹੋਈ ਹੈਗੀ ਹੈ। ਜਿੱਥੇ ਆਪ ਜੀ ਗੱਲ ਕਰਦੇ ਹੈਗੇ ਹੋ ਪੰਜਾਬ ਦੇ ਵੋਟਰਾਂ ਦੀ, ਉੱਥੇ ਤੁਸੀਂ ਸਟੈਟਿਸਟਿਕਸ ਨਾਲ ਆਪਣੀ ਗੱਲ ਲੁਕਾਉਣ ਦੇ ਯਤਨ ਕਰ ਰਹੇ ਹੈਗੇ ਹੋ। ਔਰ ਇਹ ਇੱਕ ਬਹੁਤ ਪੁਰਾਣੀ ਕਹਾਵਤ ਹੈ ਕਿ ਇੱਕ ਝੂਠ ਹੁੰਦਾ ਹੈ, ਇੱਕ ਮਹਾ ਝੂਠ ਹੁੰਦਾ ਹੈ, ਤਾਂ ਉਸ ਦੇ ਉੱਤੇ ਸਟੈਟਿਸਟਿਕਸ ਵਰਤੀਦੇ ਹੁੰਦੇ ਹੈਗੇ ਆ। ਤੁਸੀਂ ਸਟੈਟਿਸਟਿਕਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਇਹ ਨਹੀਂ ਦੱਸ ਰਹੇ ਹੈਗੇ ਕਿ ਟੋਟਲ ਵੋਟ ਕਾਊਂਟ ਤੁਹਾਡਾ ਥੱਲੇ ਗਿਆ ਹੈਗਾ, ਔਰ ਉਸ ਦੇ ਕਾਰਨ ਦੇ ਉੱਤੇ ਵਿਚਾਰ ਨਹੀਂ ਕਰ ਰਹੇ। ਤੁਸੀਂ ਆਪਣੇ ਤੇ ਸੰਗਤ ਦੇ ਅੱਖਾਂ 'ਚ ਧੂੜ ਪਾਉਣ ਦੇ ਯਤਨ 'ਚ ਹੈਗੇ ਹੋ, ਜਿਹਦੇ ਨਾਲ ਤੁਸੀਂ ਪੰਜਾਬ ਦੀ ਲੁੱਟ ਜਾਰੀ ਰੱਖਣੀ ਹੈਗੀ ਹੈ। ਸਾਡਾ ਇੱਕ ਮੁੱਖ ਮੰਤਰੀ ਅੱਜ ਤੁਹਾਡੇ ਹੱਥ 'ਚ ਖੇਡ ਖੇਡਦਾ ਹੈਗਾ, ਉਹ ਆਪਣੀ ਮਤ ਤੇ ਮਰਜ਼ੀ ਚਲਾ ਨਹੀਂ ਸਕਦਾ ਹੈਗਾ। ਦਿੱਲੀ ਤੋਂ ਅੱਜ ਰਾਜ ਚੱਲ ਰਿਹਾ ਤੇ ਇਹਦੇ ਉੱਤੇ ਤੁਸੀਂ ਜਰਾ ਗੌਰ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।